ਜ਼ੈਲਦਾਰਾਂ ਦੀ ਹਰ ਪ੍ਰਕਾਸ਼ ਗਲੀ ਵਿੱਚੋਂ ਲੰਘੇ ਜਾਂਦੇ ਵਿਰਕਾਂ ਦੇ ਪਰਮਿੰਦਰ ਵੱਲ ਤੱਕ ਹਲਕਾ ਜਿਹਾ ਮੁਸਕਰਾ ਪਈ। ਅਚਨਚੇਤ ਮੋੜ ਉੱਤੇ ਆ ਧਮਕੇ ਬਾਰੀਆਂ ਦੇ ਤਿਲਕੂ ਨੇ ਟੇਢੀ ਅੱਖੀ ਵੇਖ ਲਿਆ। ਇੱਕ ਤਾਂ ਇਸ਼ਕ ਮੁਸ਼ਕ ਲੁਕਾਇਆ, ਸਹੁਰੇ ਲੁਕਦੇ ਵੀ ਤਾਂ ਨਹੀਂ। ਤਿਲਕੂ ਨੂੰ ਜਿਵੇਂ ਕੁਛ ਲੱਭ ਪਿਆ ਹੋਵੇ। ਥੋੜ੍ਹਾ ਥੋੜ੍ਹਾ ਖੰਘਦਾ ਅਤੇ ਮੁਸਕਰਾਉਂਦਾ ਉਹ ਆਇਰਨ ਹਾਲੀ ਆਇਆ। ਸੁੱਚਾ ਲਹਾਰ ਉਹਦਾ ਜਿਗਰੀ ਯਾਰ ਸੀ, ਪਰ ਕਿਸਾਨਾਂ ਦਾ ਇਕੱਠ ਦੇਖ ਉਹ ਪੈਰ ਜਿਹੇ ਮਲਦਾ ਖਲੋ ਗਿਆ। ਸੁੱਚੇ ਲੁਹਾਰ ਨੇ ਐਵੇਂ ਜ਼ਰਾ ਸਾਹ ਲੈਣ ਦੇ ਬਹਾਨੇ ਪੁੱਛਿਆ, ਉਹ ਸੁਣਾ ਕਿੱਧਰ ਬਲਿਆ, ਬੜੇ ਦੰਦ ਨਿਕਲਦੇ ਆ, ਕਿਤੇ ਕੋਈ ਖੁਸ਼ਖਬਰੀ ਤਾਂ ਨਹੀਂ ਲਿਆ ਆਇਆ? ਓਏ ਆਪਾਂ ਤਾਂ ਸਦਾ ਹੀ ਖੁਸ਼ ਰਹੀਦਾ ਮਿਸਤਰੀ, ਤੇਰੇ ਵਾਂਗੂੰ ਧੰਦ ਨਹੀਂ ਪਿੱਟਦੇ। ਉਹ ਨਾ ਕੋਈ ਗੱਲ ਆ, ਉਹ ਫੇਰ ਕਰਨ ਵਾਲੀ ਗੱਲ ਹੈ, ਤੂੰ ਕੰਮ ਕਰ ਹਲੇ। ਆਹੋ ਉਹ ਕੋਈ ਨੀ, ਆ ਜਾ, ਉਹ ਤੁਸੀਂ ਹੱਥ ਨੇ ਲੈ ਜਾ ਜੋ। ਚੰਗਾ ਬਈ ਯਾਰ, ਮੈਂ ਚੱਲ ਚੱਲੀਏ। ਆ ਜਾ ਬਹਿ ਜਾ ਇੱਥੇ। ਹਾਂ ਬਈ ਦੱਸ ਫਿਰ ਕੀ ਗੱਲ ਆ? ਗੱਲ ਤਾਂ ਕਸੂਤੀ ਜੀ ਆ। ਦੱਸ ਵੀ ਫਿਰ। ਸੁਣ ਫਿਰ ਜੈਲਦਾਰਾਂ ਦੀ ਹਰ ਪ੍ਰਕਾਸ਼ ਕੌਰ, ਅੱਜ ਮੈਂ ਵਿਰਕਾਂ ਦੇ ਪਰਮਿੰਦਰ ਨਾਲ ਹੱਸਦੀ ਵੇਖ ਲਈ। ਅੱਛਾ, ਇਹਦਾ ਮਤਲਬ ਵਿਰਕਾਂ ਦਾ ਪਰਮਿੰਦਰ ਤੇ ਜੈਲਦਾਰਾਂ ਦੀ ਹਰ ਪ੍ਰਕਾਸ਼ ਕੌਰ? ਓਏ ਨਾ 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 ਨਾ, ਇਸ ਭੇਤ ਵਾਲੀ ਗੱਲ ਨੂੰ ਭੇਤ ਵਾਲੀ ਗੱਲ ਹੀ ਬਣੀ ਰਹਿਣ ਦੀ, ਕਿਸੇ ਕੋਲੇ ਗੱਲ ਨਾ ਕਰੀ। ਨਾ ਨਾ ਬਾਈ, ਇਹ ਗੱਲ ਕਿਸੇ ਕੋਲ ਕਰਨ ਵਾਲੀ ਆ ਭਲਾ? ਚੱਲ ਚੰਗਾ ਫਿਰ, ਮੈਂ ਚੱਲਦਾ। ਤਿਲਕੂ ਬਾਰੀਏ ਨੇ ਸੁੱਚੇ ਲੁਹਾਰ ਨੂੰ ਭਾਵੇਂ ਤਕੜਾਈ ਨਾਲ ਆਖਿਆ ਸੀ ਕਿ ਗੱਲ ਉਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਪਰ ਸੁੱਚੇ ਲੁਹਾਰ ਲਈ ਰਾਮ ਸਿੰਘ ਫੌਜੀ ਕੋਈ ਹੋਪਰਾ ਤਾਂ ਨਹੀਂ ਸੀ। ਬਚਪਨ ਦੇ ਆੜੀ, ਇੱਕ ਦੂਜੇ ਦੇ ਭੇਤੀ, ਖਾਣ ਪੀਣ ਦੇ ਸਾਂਝੀ, ਅਜਿਹੇ ਮਿੱਤਰ ਨੂੰ ਦੱਸ ਦੇ ਨਾਲ ਕੀ ਫਰਕ ਪੈਣ ਲੱਗਿਆ ਸੀ। ਜਿਹੀ ਗੱਲ ਉਹਦੇ ਕੋਲ ਤੇ ਹੀ ਆਪਣੇ ਕੋਲ, ਤੇ ਸੁੱਚੇ ਲੁਹਾਰ ਨੇ ਇਹਨਾਂ ਕਹਿੰਦਿਆਂ ਕਿ ਦੇਖੀ ਤੇਰੇ ਕੋਲ ਰਹੇ, ਰਾਮ ਸਿੰਘ ਫੌਜੀ ਦੇ ਕੰਨ ਵਿੱਚ ਫੂਕ ਮਾਰ ਹੀ ਦਿੱਤੀ। ਓਏ ਆ ਜਾ ਫੌਜੀਆ, ਆ ਜਾ ਆ ਜਾ, ਬਹਿ ਜਾ, ਤੈਨੂੰ ਗੱਲ ਦੱਸਾਂ। ਹਾਂ ਦੱਸ। ਉਹ ਗੱਲ ਤਾਂ ਇਹ ਆ ਫੌਜੀਆ, ਉਹ ਜੈਲਦਾਰਾਂ ਦੀ ਹਰਪ੍ਰਕਾਸ਼ ਕੌਰ ਨੀ ਗੀ, ਅੱਜ ਵਿਰਕਾਂ ਦੇ ਮੁੰਡੇ ਨਾਲ ਦੇਖ ਲਈ ਤਿਲਕੂ ਨੇ। ਛੋ ਹਾਂ ਬਾਈ, ਦੇਖੀ ਫੌਜੀਆ, ਇਸ ਭੇਤ ਵਾਲੀ ਗੱਲ ਨੂੰ ਨਾ ਭੇਤ ਵਾਲੀ ਬਣੀ ਰਹਿਣ ਦੀ, ਗਾਹ ਨਾ ਕਰੀ ਕਿਸੇ ਕੋਲੇ। ਫੌਜੀ ਅਸੂਲਾਂ ਦੇ ਪੱਕੇ ਹੁੰਦੇ ਐ, ਆਪਾਂ ਕਿਹਦੇ ਕੋਲੇ ਕਰਨੀ ਐ ਗੱਲ?
ਚੰਗਾ ਮੈਂ ਚੱਲਦਾ ਫਿਰ। ਰਾਮ ਸਿੰਘ ਫੌਜੀ ਨੂੰ ਜਾਣੋ ਮਸੀਂ ਦੇਣ ਲੰਘਿਆ। ਭਾਵੇਂ ਉਹ ਸੁਭਾਅ ਦਾ ਡੂੰਘਾ ਤੇ ਗੰਭੀਰ ਸੀ, ਪਰ ਇਹ ਮਨੁੱਖ ਦਾ ਮਨ ਹੈ। ਇੱਕ ਪਹਾੜ ਦਾ ਭਾਰ ਭਾਵੇਂ ਇਹ ਸੌਖੀ ਤਰ੍ਹਾਂ ਚੱਲ ਲਵੇ, ਪਰ ਇੱਕ ਗੱਲ ਦਾ ਭਾਰ ਚੱਲਣਾ ਇਹਦੇ ਲਈ ਕਈ ਵਾਰ ਔਖਾ ਹੋ ਜਾਂਦਾ। ਰਾਤੀ ਸੌਣ ਲੱਗਿਆ ਰਾਮ ਸਿੰਘ ਫੌਜੀ ਨੇ ਆਪਣੀ ਵਹੁਟੀ ਭਜਨੋ ਕੋਲ ਇੰਨੀ ਗੱਲ ਕਰ ਦਿੱਤੀ ਕਿ ਉਹਨੇ ਉੱਡਦੀ ਕੁਝ ਅਜਿਹੀ ਸੋਹ ਸੁਣੀ ਹੈ, ਅਤੇ ਨਾਲ ਹੀ ਤਾਕੀਦ ਕਰ ਦਿੱਤੀ ਕਿ ਅੱਗੋਂ ਕਿਸੇ ਨੂੰ ਵੀ ਕੰਨ ਵਲੇਲੀ ਪੈਣੀ ਚਾਹੀਦੀ। ਵਹੁਟੀ ਕੋਲ ਤਾਂ ਅਜਿਹੀ ਗੱਲ ਕਰਨ ਦਾ ਕੋਈ ਹਰਜ ਨਹੀਂ ਸੀ। ਵਹੁਟੀ ਅਤੇ ਗੱਭਰੂ ਵੀ ਜੇ ਆਪੋ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਕਰ ਸਕਣ ਤਾਂ ਹੋਰ ਕੌਣ ਕਰੂ? ਵਹੁਟੀ ਦੇ ਗੱਭਰੂ ਨਾਲੋਂ ਵੱਧ ਕੇ ਹੋਰ ਕੌਣ ਇੱਕ ਦੂਜੇ ਦਾ ਮਹਿਰਮ ਹੋ ਸਕਦਾ? ਭਾਗਵਾਨੇ, ਇੱਕ ਗੱਲ ਦੱਸਾਂ ਤੈਨੂੰ? ਹਾਂ ਦੱਸ। ਵੇਖ ਲਓ ਸਰਦਾਰ ਜੀ, ਸਾਡੇ ਪਿੰਡ ਦੀਆਂ ਕੁੜੀਆਂ ਕਿਸੇ ਨੂੰ ਤੋਂ ਖਨਾਮੀ ਹੋ ਜੇ ਉਹਦੇ ਪੇਕਿਆਂ ਤੱਕ ਜਾ ਕੇ ਖਾਖਾਂ ਪੱਟ ਆਉਣ। ਬਸ ਚੁੱਪ, ਕਹਿਤਾ ਨਾ ਤੈਨੂੰ ਆਪਾਂ ਗਾਹਾਂ ਗੱਲ ਨਹੀਂ ਕਰਨੀ। ਖਬਰਦਾਰ ਨਾ ਵੀਰ ਦੀ ਸੌਂ, ਮੈਂ ਤਾਂ ਉਹੀ ਹੱਸਦੀ ਸੀ, ਮੈਨੂੰ ਕੀ ਲੋੜ ਪਈ ਹੈ ਕਿਸੇ ਕੋਲੇ ਗੱਲ ਕਰਨ ਦੀ। ਚੱਲ ਚੰਗਾ, ਪੈ ਜਾ ਹੁਣ। ਸਾਰੀ ਰਾਤ ਭਜਨੋ ਦੇ ਦਿਲ ਵਿੱਚ ਇੱਕ ਲੂਣ ਜੀ ਲੱਗੀ ਰਹੀ। ਇਹੋ ਜਿਹੀ ਗੱਲ ਕਰਨ ਵਿੱਚ ਇੱਕ ਤਰ੍ਹਾਂ ਦਾ ਆਨੰਦ ਵੀ ਤਾਂ ਮਿਲਦਾ ਹੈ। ਸਾਰੀ ਰਾਤ ਭਜਨੋ ਨੇ ਜਿਵੇਂ ਅੱਖਾਂ ਵਿੱਚ ਹੀ ਕੱਢ ਦਿੱਤੀ। ਅੱਜ ਦਿਨ ਉਸ ਲਈ ਮਸੇ ਚੜ੍ਹਿਆ ਸੀ। ਦੂਜੇ ਦਿਨ ਪੱਠੇ ਲੈਣ ਚੱਲੇ ਚੁਬਾਰੇ ਵਾਲਿਆਂ ਦੇ ਬੰਤੂ ਨੂੰ ਗੁਤਾਵਾ ਭਰਦੀ ਭਜਨੋ ਨੇ ਆਵਾਜ਼ ਮਾਰ ਕੇ ਵਿਹੜੇ ਵਿੱਚ ਸੱਦ ਲਿਆ। ਗੱਲ ਸੁਣ ਕੇ ਜਾਈ। ਖੁੱਲੇ ਸੁਭਾਅ ਦੀ ਹੋਣ ਕਾਰਨ ਦਿਓਰਾਂ ਜੇਠਾਂ ਨਾਲ ਅਜਿਹੀਆਂ ਗੱਲਾਂ ਉਹ ਖੁੱਲੀਆਂ ਕਰ ਰਹੀ ਸੀ। ਬੇ ਬੱਕਰਿਆ, ਥੋੜਾ ਪਹਿਰਾ ਹੋ ਕੇ ਖਲੋ, ਹੁਣੇ ਭਾਵੇਂ ਤੇਰਾ ਬਾਈ ਆ ਜਾਂਦਾ ਉੱਤੋਂ। ਲੱਗਦਾ ਭਾਬੀ ਤਾਂ ਅੱਜ ਮੂੰਹ ਮਿੱਠਾ ਕਰਾਊਗੀ। ਕਿਉਂ ਭਾਬੀ? ਹੈਂ ਚੱਲ ਵੇ, ਲੱਗਿਆ ਲਾਲਾਂ ਛੱਡਣ, ਜਾਣਦਾ ਮੇਰੇ ਸੁਭਾਅ ਨੂੰ, ਜੇ ਅੱਗੇ ਵਧਿਆ ਤਾਂ ਅਸੰਨੀ ਨਾਲ ਲਿਬੜਿਆ ਹੋਇਆ ਹੱਥ ਹੈ। ਇਹਨਾਂ ਗੱਲਾਂ ਖਾਤਰ ਥੋੜ੍ਹੀ ਸੱਦਿਆ ਤੈਨੂੰ। ਹੋ ਚੱਲ ਭਾਬੀ, ਹੁਣ ਮਾਫੀ ਦੇ, ਅੱਗੇ ਤੋਂ ਨਹੀਂ ਕਰਦਾ ਇੱਕਨ, ਤੂੰ ਗੱਲ ਦੱਸ। ਜਾ ਵੇ ਲੁੱਚਿਆ, ਹੁਣ ਨਹੀਂ ਮੈਂ ਬੋਲਣਾ ਤੇਰੇ ਨਾਲ। ਚੱਲ ਭਾਬੀ ਹਾੜੇ ਦੱਸ ਦੇ। ਨਾ ਨਾ ਵੇ, ਹੁਣ ਨਹੀਂ ਦੱਸਣਾ ਤੈਨੂੰ। ਨਾ ਭਾਬੀ ਹਾੜੇ ਦੱਸ। ਵੀ ਤੇਰਾ ਕੀ ਹੈ ਨਾ ਹੋਣੇ ਦਾ, ਸਾਰੇ ਪਿੰਡ ਚ ਖੜਾਉਂਦਾ ਫਿਰੇ। ਉਹ ਭਾਬੀ ਤੈਨੂੰ ਕਿਵੇਂ ਯਕੀਨ ਦਵਾਵਾਂ? ਸੌਂ ਖਾਵੀ ਪਹਿਲਾਂ, ਮੇਰੀ ਕਿਸੇ ਕੋਲੇ ਗੱਲ ਨਹੀਂ ਕਰੇਗਾ। ਭਾਬੀ ਤੇਰੀ ਸੌਂ, ਮੈਂ ਐਡਾ ਕੁੱਡਾ ਹੀ ਮਰ ਜਾਂ ਜੇ ਕਿਸੇ ਕੋਲ ਗੱਲ ਕਰਾਂ ਤਾਂ। ਹਾਏ ਹਾਏ ਵੀ ਚੰਦਰ ਆ, ਦਫਾ ਹੋਣਾ ਕਿਹੋ ਜਿਹੀਆਂ ਸੌਹਾਂ ਖਾਂਦਾ। ਉਰੇ ਆਵੇ, ਇੱਥੇ ਬੈਠ। ਪਿਆਰ ਦੀ ਝਲਕ ਨਾਲ ਭਜਨੋ ਬੋਲੀ, ਅਤੇ ਫਿਰ ਮੁਸਕਣੀਆਂ ਵਿੱਚ ਮਹਿਕਦੀ ਅਤੇ ਬੁੱਲ ਮਰੋੜ ਦੀ ਭਾਬੀ ਨੇ ਸੁਣੀ ਸੁਣਾਈ ਗੱਲ ਦਿਓਰ ਦੇ ਕੰਨ ਵਿੱਚ ਚੋ ਦਿੱਤੀ। ਵੀ ਤੂੰ ਗੱਲ ਨਾ ਕਰਦੀ ਗਾਹਾਂ, ਬੇਫਿਕਰ ਰਹਿ।
ਘਰੇ ਨੇਰੇ ਦੀ ਪਰੋਟੀ ਸੁੱਟ ਚੌਲਾ ਚੌਲਾ ਤੁਰਦਾ ਬੰਤੂ ਕਿਰਪਾਲੋ ਚਾਚੀ ਦੇ ਘਰ ਪੁੱਜਿਆ। ਚਾਚੀ ਕਿਰਪਾਲੋ ਐਵੇਂ ਇੱਕ ਥੰਮ ਵੱਡਾ ਹੋਣ ਕਰਕੇ ਸਾਰਿਆਂ ਦੀ ਚਾਚੀ ਲੱਗਦੀ ਸੀ, ਪਰ ਚਾਚੀ ਬਣ ਕੇ ਉਹ ਕਦੇ ਵੀ ਨਹੀਂ ਕਿਸੇ ਦੀ ਰਹਿੰਦੀ। ਇਸੇ ਲਈ ਉਹ ਸਾਰੇ ਮੁੰਡਿਆਂ ਖੁੰਡਿਆਂ ਨਾਲ ਹਰ ਤਰ੍ਹਾਂ ਦੀਆਂ ਗੱਲਾਂ ਨੇ ਝੱਕ ਕਰਦੀ ਅਤੇ ਹੱਸ ਤੁਸ ਲੈਂਦੀ ਸੀ। 25 ਵਰ੍ਹਿਆਂ ਦੀ ਬੁਲਬੁਲ ਵਰਗੀ ਜੱਟੀ 50 ਵਰ੍ਹਿਆਂ ਦੇ ਟੋਡਰ ਕਾਂ ਨਾਲ ਪਿੰਜਰੇ ਵਿੱਚ ਬੰਦ ਕੀਤੀ ਪਈ ਸੀ। ਚਾਚਾ ਵਰਿਆਮਾ ਬੁੱਢਾ ਹੋਣ ਤੋਂ ਬਿਨਾਂ ਸਿਰੇ ਦਾ ਅਫੀਮੀ ਅਤੇ ਪੋਸਤੀ ਵੀ ਸੀ। ਹੋਰ ਤਾਂ ਹੋਰ, ਅਫੀਮ ਦੀ ਪੀਣਕ ਵਿੱਚੋਂ ਜਾਗਦਾ 100 ਘੋਰੀਆਂ ਦਾ ਘੋਰੀ ਚਾਚਾ ਜਾਂ ਨੱਕ ਵਿੱਚ ਬੋਲ ਕੇ ਆਪਣੀ ਕਿਰਪਾਲੋ ਨੂੰ ਆਵਾਜ਼ ਮਾਰਦਾ ਤਾਂ ਚਾਚੀ ਵਿਚਾਰੀ ਨੂੰ ਧੁੱਤੜੀ ਆ ਜਾਂ। ਜ਼ਿੰਦਗੀ ਦੇ ਜ਼ਹਿਰ ਨਾਲ ਦਿਲੋਂ ਭਾਵੇਂ ਚਾਚੀ ਫੁੱਕੇ ਰਹਿ ਗਈ ਸੀ, ਪਰ ਫੁੱਕੇ ਦਿਲ ਨਾਲ ਵੀ ਤਾਂ ਕਈ ਵਾਰ ਜੋੜਾ ਹੀ ਪੈਂਦਾ। ਆ ਵੇ ਬੰਤਿਆ, ਤੂੰ ਤਾਂ ਇੱਦਾਂ ਚਾਂਦੀ ਹੋ ਗਿਆ, ਅੱਖ 'ਚ ਪਾਇਆ ਨਹੀਂ ਰੜਕਦਾ ਵੇ, ਅੱਜ ਕਿਵੇਂ ਡੁੱਲ ਡੁੱਲ ਪੈਨਾ, ਕਿਤੇ ਕੁਛ ਮਿਲ ਤਾਂ ਨਹੀਂ ਗਿਆ? ਬਈ ਗੱਲ ਆ ਚਾਚੀ, ਪਰ ਗਾਹਾਂ ਕਰਨ ਵਾਲੀ ਨਹੀਂ। ਨਾ ਅੱਗੇ ਤੇਰੀਆਂ ਕਿਹੜੀਆਂ ਗੱਲਾਂ ਗਾਹਾਂ ਕੀਤੀਆਂ, ਵੱਡੀਆਂ ਵੱਡੀਆਂ ਗੱਲਾਂ ਪਚਾ ਕੇ ਰੱਖੀਆਂ ਮੈਂ ਤਾਂ ਸੋਹਣਿਆ, ਮੇਰੇ ਵਰਗਾ ਹਾਜ਼ਮਾ ਕਿਹਦਾ ਹੋਣਾ ਗਾ, ਮੈਂ ਤਾਂ ਹਿੱਕ ਚ ਬਰੂਦ ਵਾਂਗ ਭਰੀ ਫਿਰਦੀ ਆ। ਸੱਚ ਚਾਚਾ ਕਿੱਥੇ ਆ? ਬਾਹਰ ਨੂੰ ਗਿਆ ਡੋਡੇ ਪੀ ਕੇ। ਅੱਛਾ, ਹੋਰ ਤਾਂ ਕੋਈ ਨੀ, ਬਸ ਐਂ ਸੀ ਵੀ ਕਹੀ ਗੱਲ ਗਾਹਾਂ ਹੋ ਜਾਂਦੀ ਆ ਨਾ। ਚੰਗਾ ਨਾ ਦੱਸ, ਰੱਖੀ ਰੱਖ ਆਪਦੇ ਕੋਲ। ਨਹੀਂ ਚਾਚੀ, ਮੈਂ ਤਾਂ ਇਹੀ ਕਹਿਣਾ ਵੀ ਜਿੰਨਾ ਕਿਸੇ ਦਾ ਪਰਦਾ ਬਣਿਆ ਰਹੇ ਓਨਾ ਹੀ ਚੰਗਾ ਹੁੰਦਾ ਹੈ। ਵੇ ਬੰਤਿਆ ਵੇਖ, ਸਿਰ ਭਾਵਾਂ ਜਾਵੇ ਸਿਦਕ ਨਹੀਂ ਜਾਣਾ ਚਾਹੀਦਾ, ਅਸੀਂ ਤਾਂ ਬਸ ਇੱਕ ਹੀ ਗੱਲ ਜਾਣਦੇ ਹਾਂ ਕਿ ਸਾਡੇ ਸਿਰ ਭਾਵੇਂ ਗੱਲਾਂ ਦਾ ਖੂਹ ਪੱਟ ਲਈ, ਪਰ ਕਿਸੇ ਦੇ ਕੰਨੀ ਗੱਲ ਨਹੀਂ ਜਾਊਗੀ। ਨਹੀਂ ਚਾਚੀ, ਉਹ ਗੱਲ ਨਹੀਂ ਜੋ ਤੂੰ ਸਮਝੀ ਜਾਨੀ ਹੈ। ਵੇ ਹੋਰ ਕਿਹੜੀ ਗੱਲ ਹੈ, ਦੱਸਦਾ ਕਿਉਂ ਨਹੀਂ, ਕਚੂਡੂਆ ਕਿਉਂ ਮੂੰਹ ਤੇ ਛਿੱਕਲੀ ਚੜਾਈ ਹੈ? ਲੈ ਫਿਰ ਲਾ ਦਿੰਦੇ ਆ ਛਿੱਕਲੀ, ਬੁਰਾ ਨਾ ਹੋ। ਆ ਦੇਖ ਵੱਡਿਆਂ ਘਰਾਂ ਦੀਆਂ ਗੱਲਾਂ, ਪਿਓ ਜੈਲਦਾਰ ਬਣਿਆ ਫਿਰਦਾ ਤੇ ਧੀ ਕੀ ਚੱਜ ਕਰਦੀ ਫਿਰਦੀ ਹੈ। ਨਾ ਚਾਚੀ, ਆਪਾਂ ਕਿਸੇ ਕੋਲੇ ਗਾਹਾਂ ਗੱਲ ਨਹੀਂ ਕਰਨੀ, ਇਸ ਭੇਦ ਵਾਲੀ ਗੱਲ ਨੂੰ ਭੇਦ ਵਾਲਾ ਬਣਿਆ ਰਹਿਣ ਦੀ। ਤੂੰ ਬੇਚਿੰਤ ਰਹਿ, ਅੱਗੇ ਕਿਤੇ ਕੀਤੀ ਹੈ? ਚੱਲ ਚੰਗਾ, ਚੱਲਦਾ ਮੈਂ। ਬਸ ਚਾਚੀ, ਇਹ ਗੱਲ ਆਪਣੇ ਤੱਕ ਰੱਖੀ, ਆਪਾਂ ਗਾਹਾਂ ਨਹੀਂ ਕਰਨੀ। ਤੂੰ ਬੇਚਿੰਤ ਰਹਿ, ਕਿਸੇ ਕੋਲ ਨਹੀਂ ਕਰਦੀ ਮੈਂ। ਚੰਗਾ। ਬੰਤੂ ਤਾਂ ਚਲਿਆ ਗਿਆ, ਪਰ ਚਾਚੀ ਦੇ ਦਿਲ ਵਿੱਚ ਤੁਕ ਤੁਕੀ ਲੱਗ ਗਈ। ਕਿੰਨੀ ਵਾਰ ਉਹ ਖਿਆਲ ਵਿੱਚ ਆਪਣੇ ਆਪ ਨਾਲ ਮੁਸਕਰਾਈ। ਚਾਚੀ ਦਾ ਘਰ ਕੀ ਸੀ? ਕਬੂਤਰਖਾਨਾ। ਚਾਚਾ ਤਾਂ ਡੋਡਿਆਂ ਦੀ ਚਾਹ ਨਾਲ ਅਫੀਮ ਦਾ ਮਾਵਾ ਚਾੜ ਕੇ ਬਾਹਰ ਚੌਂਤਰੇ ਉੱਤੇ ਜਾ ਕੇ ਉਂਘਣ ਲੱਗ ਜਾਂਦਾ, ਤੇ ਪਿੱਛੇ ਪਿੱਛੇ ਕੋਈ ਨਾ ਕੋਈ ਕਬੂਤਰ ਉੱਡ ਕੇ ਚਾਚੀ ਦੇ ਕੋਲ ਵਿਹੜੇ 'ਚ ਆ ਜਾਂਦਾ, ਦੋ ਪਲ ਕੁੱਟਦਾ, ਦਿਲ ਦੀਆਂ ਗੱਲਾਂ ਕਰਦਾ, ਤੇ ਫਿਰ ਹੌਲਾ ਫੁੱਲ ਹੋ ਕੇ ਉਡਾਰੀ ਮਾਰ ਜਾਂਦਾ। ਪਤਾ ਨਹੀਂ ਚਾਚੀ ਵਿੱਚ ਕਿਹੜੀ ਖਿੱਚ ਸੀ ਕਿ ਦਮੜੀ ਦਾ ਸੱਕ ਮਲ ਕੇ ਵੀ ਪਿੰਡ ਦੇ ਸਾਰੇ ਤਵੀਤੀਆਂ ਵਾਲੇ ਉਸਨੇ ਮੋਹ ਲਏ ਸਨ। ਦੀਵੇ ਦੀ ਲਾਟ ਉੱਤੇ ਜਿਵੇਂ ਭੰਮਟ ਡਿੱਗ ਪੈਂਦੇ ਸਨ, ਸਾਰੇ ਗੰਭੀਰ ਮਰ ਜਾਂਦੇ। ਜਦੋਂ ਬੋਲਦੀ ਤਾਂ ਚਾਚੀ ਜਾਨ ਕੱਢ ਲੈਂਦੀ। ਚਾਚੀ ਨੇ ਅਲੱਗ ਯਤਨ ਕੀਤਾ ਕਿ ਗੱਲ ਨੂੰ ਢਿੱਡੋਂ ਬਾਹਰ ਨਾ ਕੱਢੇ,
ਉਹਨੂੰ ਜਾਪਦਾ ਜਿਵੇਂ ਪੋਟਲੀ ਬੰਨੀ ਹੋਈ ਵਾਸ਼ਨਾ ਗੁੱਠਾਂ ਕੋਨਿਆਂ ਵਿੱਚ ਆਪਣੇ ਆਹ ਬਾਹਰ ਨਿਕਲ ਜਾਂਦੀ ਹੈ। ਇਸ਼ਕ ਹੁਸਨ ਦੇ ਪੇਤ ਇੱਕ ਮਿੱਠੀ ਜਿਹੀ ਵਾਸ਼ਨਾ ਹੀ ਤਾਂ ਹੁੰਦੇ ਹਨ, ਅਤੇ ਇਹ ਵਾਸ਼ਨਾ ਚਾਚੀ ਕੋਲੋਂ ਖਿਲਰ ਹੀ ਗਈ ਅਤੇ ਖਿਲਰੀ ਵੀ ਐਕਣ ਜਿਵੇਂ ਦੀਵੇ ਨਾਲ ਦੀਵਾ। ਆਪਾਂ ਨੇ ਰੌਲਾ ਕਾਹਨੂੰ ਪਾਉਣਾ, ਭੇਲੀ ਫੁੱਟੂ ਅਤੇ ਗੁੜ ਦੀ ਰੋੜੀ ਸਾਨੂੰ ਵੀ ਮਿਲੂ। ਨਵੇਂ ਚੰਨ ਦੀ ਰਾਮ ਰਾਮ ਹੈ ਬਈ। ਚੱਲ ਚੱਲ ਛੇਤੀ ਚੱਲ, ਖੇਤ ਨੀਰਾ ਵੀ ਵੱਢਣ ਵਾਲਾ ਪਿਆ। ਬੁੱਢੇ ਠੇਰੇ ਇੱਕ ਦੂਜੇ ਤੋਂ ਸੁਣ ਕੇ ਹੌਕਾ ਭਰਦੇ। ਬੜਾ ਕਲਯੁਗ ਆਇਆ ਭਾਈ, ਬੜਾ ਕਲਯੁਗ ਆਇਆ। ਉਹ ਭਾਈ ਆਪਣੇ ਵੇਲੇ ਸਮਾਂ ਚਾਚਾ ਚੰਗਾ ਸੀ, 20-20 ਸਾਲ ਦੇ ਮੁੰਡੇ ਕੁੜੀਆਂ ਇਕੱਠੇ ਖੇਡਦੇ, ਇਹਨਾਂ ਗੱਲਾਂ ਨੂੰ ਕੋਈ ਚਾਚਾ ਜਾਣਦਾ ਹੀ ਨਹੀਂ। ਸਹੀ ਗੱਲ ਆ ਭਾਈ। ਤੇ ਬੁੱਢੀਆਂ ਮਾਈਆਂ ਸਿਰ ਜੋੜ ਜੋੜ ਬੁਰਾ ਜਿਹਾ ਮੂੰਹ ਬਣਾ ਕੇ ਹੱਥ ਫਟਕਾਰਦੀਆਂ, ਘੁਰ ਘੁਰ ਕਰਦੀਆਂ। ਦੇਖ ਲਿਆ ਖਵਾਉਣ ਪਿਆਉਣ ਦਾ ਲਾੜ। ਹਾਂ ਅੰਮਾ ਜੀ, ਇਹੋ ਜਿਹੀ ਧੀ ਦਾ ਤਾਂ ਗਲ ਘੁੱਟ ਦੇਣਾ ਚਾਹੀਦਾ, ਜੰਮਦੀ ਦਈ। ਆ ਨਤੀਜੇ ਆ ਦੋ ਦੋ ਗੁੱਤਾਂ ਦੇ। ਹਜੇ ਤਾਂ ਕਹਿੰਦੇ ਸੀ ਦਸਵੀਆਂ ਤੋਂ ਬਾਅਦ ਬਈਆ ਵੀ ਕਰਾਉਣਾ। ਲੋਕ ਆਪੋ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਬਣਾਉਂਦੇ ਸਨ। ਆਸ਼ਿਕ ਸੋਈ ਜੋ ਦੁੱਖ ਨਾ ਜ਼ਾਹਿਰ ਕਰੇ। ਜੋ ਕੁਝ ਸਿਰ ਤੇ ਬਣੇ ਤਾਂ ਜਾਣੀਏ, ਡਰ ਮੌਤ ਦਾ ਮੂਲ ਨਾ ਆਸ਼ਿਕਾਂ ਨੂੰ
कुछ अपना शौक पछाण मिया। बारिश सब दुनिया दगेबाज है जी, हाँ रख रब दी तरफ ध्यान। रूह वांग भोले भोले पैर धरती यह गल किसी तरह नंदी समराड़ो तक जा पहुंची। नंदी समराड़ो जैलदारा की शरीकनी सी, जो पहला किसी होर थां व्याह हुई सी। पर किसी गलों छुट्ट होके 12 वरे पेक्या के घर बैठने मगरों अखीर बुढ़े पेंशनी जैलदार के चाचे के पुत चेत सिंह जमादार नाल करेवा करके आ गई सी। हुण तां आई नूं भी 20 वरे हो चुके सन, पर अजे भी शरीके वाले बधाइयां अम्मा जी बालियां बालियां। बधाइयां नूं केड़ा सेरियां दी वन्न है। जमादार के घर नंदी दे आउण नाल नंदी नूं अपने वर्गा उच्चा होया समझण दी थां वो जमादार नूं ही नंदी वर्गा नीवा होया गिणदे सन। खबरे कित्थों आई उधर ते चूड़ी है कि चमारी है। ਬਾਲੇ ਚੰਗਾ ਹੋ ਗਿਆ ਅੰਮਾ ਜੀ, ਚੇਤ ਸਿੰਘ ਕਰੇਵਾ ਭਰਾ ਲਿਆ ਆ। ਭਰਾ ਲਿਆ ਕਰੇਵਾ, ਪਤਾ ਨਹੀਂ ਕਿੱਥੋਂ ਕਿੱਥੋਂ ਨਿਕਲ ਉਦਲ ਕੇ ਆਈ ਹੈ, ਪਤਾ ਨਹੀਂ ਕਿਹੜੀ ਜਾਤ ਕਜਾਤ ਦੀ ਹੈ। ਕੁੜੇ ਕੋਈ ਗੱਲ ਨਹੀਂ ਅੰਮਾ ਜੀ, ਵਿਚਾਰੇ ਦਾ ਘਰ ਵੱਸਦਾ ਹੋ ਗਿਆ, ਰੋਟੀ ਪੱਕਦੀ ਹੋ ਗਈ। ਰੋਟੀ ਪੱਕਦੀ ਖਾਂਦੀਆਂ ਮੇਰਾ ਗੱਲਾਂ ਉਹਨਾਂ ਦੀਆਂ ਕਰਦੀਆਂ ਮੇਰੇ ਕੋਲ। 20 ਵਰਿਆਂ ਦੀ ਖੁਆਰੀ ਤੇ 20 ਵਰਿਆਂ ਦੀਆਂ ਚੋਬਾਂ ਨਾਲ ਨੰਦੀ ਦਾ ਦਿਲ ਅੰਬਿਆ ਪਿਆ ਸੀ। ਦਫਾ ਹੋਏ ਥੋ ਕਰੋ ਬਾਰ ਹੋ, ਚੰਗਾ ਜੈਲਦਾਰਾਂ ਦਾ ਨਾਂ ਉੱਚਾ ਕਰਦਾ, ਸ਼ਰਮ ਨਹੀਂ ਹਜ਼ਾਰ ਨਹੀਂ। ਜਾ ਭਾਈ ਬੀਬੀ ਉਹ ਵੀ ਜਾ। ਜਦ ਕਦੇ ਕੋਈ ਛੇੜ ਛੜ ਜਾਂਦਾ ਤੇ ਨੰਦੀ ਦਿਲ ਦਾ ਗੁਬਾਰ ਕੱਢਣ ਲਈ ਬਾਹਾਂ ਉਲਾਰ ਉਲਾਰ ਚਿਣਗਾ ਛੇੜਨ ਵਾਲਿਆਂ ਦਾ ਅੱਗਾ ਪਿੱਛਾ ਪੁੱਟਦੀ ਤਾਂ ਸਾਰਾ ਸ਼ਰੀਕਾ ਥਰ ਥਰ ਕੰਬਣ ਲੱਗ ਜਾਂਦਾ। ਤੇ ਅਗਲੇ ਦਿਨ ਉਹ ਕੋਈ ਸੌਦਾ ਲੈਣ ਦੇ ਬਹਾਨੇ ਬਿਰਜੂ ਬਾਹਮਣ ਦੀ ਹੱਟੀ ਉੱਤੇ ਆਏ। ਬਿਰਜੂ ਬਾਹਮਣ ਜਮਾਦਾਰ ਚੇਤ ਸਿੰਘ ਦਾ ਹੀ ਨਹੀਂ ਨੰਦੀ ਸਮਰਾਲੋ ਦਾ ਵੀ ਮੁਲਾਜ਼ੇਦਾਰ ਸੀ। ਬਿਰਜੂ ਬਾਹਮਣ ਜਿੱਥੇ ਮਹਾਂਵੀਰ ਨੂੰ ਪੂਜਦਾ ਅਤੇ ਗੀਤਾ ਗਾਇਤਰੀ ਦਾ ਪਾਠ ਕਰਦਾ ਸੀ, ਉੱਥੇ ਵਾਰਸ ਸ਼ਾਹ ਦੇ ਹੀਰ ਦੇ ਆਸ਼ਕਾਂ ਦੇ ਹੋਰ ਕਿੱਸੇ ਵੀ ਬੜੀ ਲਟਕ ਨਾਲ ਗਾਉਂਦਾ ਸੀ। झूठ बोले ਤਖ਼ਤ ਦੇ ਉਲੇਖ
खड़ो के वह किन्ना किन्ना चर गल कर लेंगे सन। भावें शरीकड़िया ने भंड भंड छटी हुई धुमा छड़िया सी, पर नंदी इन्नी बुरी नहीं सी जिनी उन्हूं बनाया गया सी। अते इस काम विच जैलदारा दा घर सारे शरीके तो गए सी। देखना पूरे कीरा ना करी, धी भैन सब की सांझी होंदी है, नाले फिर दुनिया ही मलाजे पूरदी आई है ना, की हो गया जे न्याणे किते हस के बोल पए। तां एक वारी तां दादी दा चुंडा हलून के हटना है, बनी फिरदी है दानी द्वारका, ना लोकां दीआं गल्लां बणाउंदी है, नक्क थले नहीं लियाउंदी सी कुछ, हुण फिर ना अपनी मंजी थले सोटा। ना सरदार जी, ना इन्ना तक ना कर, नाले फिर वो सियाणे कहिंदे आ ना, अखे बारिशा ना पेत संदूक खुले भावें जान का चिंतरा टुट जाए, बस साड़ी तो इन्नी की औरत है, इन्नी क मंडली बस। तेरी तो लाला नित नवी तो नवी गर्ज रही है, केड़ी केड़ी मनिए, बस इन्नी क मन लै, एवें कुड़ी की बदनामी हो जू। एक बारी तो हर करना दो गल्लां करनिया ने लाला। जिन्नी मर्जी अड़ रख पर गां वाट ना कटी, ध्यान चंगा लाला नहीं कटदी, वो भी तेरे मुंह, पर खसमां नूं खावे बिरजू बामण। नंदी संभराल नूं ललकता कई बार उठी ਵੀ ਖਸਮਾਂ ਨੂੰ ਖਾਵੇ ਬਿਰਜੂ ਬਾਹਮਣ, ਐਨ ਚੁਰਾਹੇ ਵਿੱਚ ਭਾਂਡਾ ਭੰਨ ਕੇ ਇੱਕ ਵਾਰ ਤਾਂ ਜੈਲਦਾਰੀ ਦਾ ਭਾਰ ਹਲਕਾ ਕਰ ਦੇਵੇ, ਪਰ ਫਿਰ ਉਹਦੇ ਅੰਦਰਲਾ ਹੀ ਉਹਨੂੰ ਕਿਵੇਂ ਨਾ ਕਿਵੇਂ ਮੋੜ ਦਿੰਦਾ। ਕਾਹਨੂੰ ਅੱਗਾ ਮਾਰਨਾ ਧੀ ਧਿਆਣੀ ਦਾ, ਪਰ ਨੰਦੀ ਆਪਣੀ ਜਠਾਣੀ ਹਰ ਕੌਰ ਜੈਲਦਾਰਨੀ ਨਾਲ ਦੋ ਗੱਲਾਂ ਜ਼ਰੂਰ ਕਰਨਾ ਚਾਹੁੰਦੀ ਸੀ। ਸੋ ਇੱਕ ਦਿਨ ਘੱਗਰਾ ਪਾ ਕੇ ਉਹ ਜੈਲਦਾਰਨੀ ਵੱਲ ਚਲੀ ਹੀ ਗਈ। ਇੱਕ ਵਾਰ ਤਾਂ ਨੰਦੀ ਨੂੰ ਜਾਪਿਆ ਜਿਵੇਂ ਉਹਦੇ ਹੱਥ ਕੋਈ ਚੰਗਾ ਹਥਿਆਰ ਆ ਗਿਆ, ਜਿਸ ਨਾਲ ਉਹ ਬੜੇ ਨੱਕ ਵਾਲਿਆਂ ਦਾ ਹੁਣ ਨੱਕ ਭੰਨ ਸਕੇ। ਪਰ ਫਿਰ ਉਸਨੇ ਸੋਚਿਆ, ਹੱਥ ਵਿੱਚ ਮਸੀ ਆਏ ਹਥਿਆਰ ਨੂੰ ਐਵੇਂ ਤੱਤ ਭੜੱਤ ਵਿੱਚ ਵਰਤ ਕੇ ਖੁੰਡਾ ਨਹੀਂ ਕਰਨਾ ਚਾਹੀਦਾ। ਤੇਲ ਦੇਖੋ, ਤੇਲ ਦੀ ਧਾਰ ਦੇਖੋ। ਜੇ ਜੈਲਦਾਰਨੀ ਅੱਜ ਅੱਗੋਂ ਸਿਰ ਨੂੰ ਆਈ ਨਾ, ਤਾਂ ਮੈਂ ਵੀ ਕੰਡ ਝਾੜਾ ਕਰਕੇ ਹੀ ਆਉਣੀ ਹੈ। ਲਿਆ ਫੜਾ। ਆਏ ਖੈਰ ਨੀ ਅੱਜ ਤਾਂ। ਮੱਥਾ ਟੇਕਦੇ ਆ ਬੇਬੇ। ਜਿਉਂਦੀ ਰਹਿ ਬਹੂ, ਸਾਈਂ ਜੀਵੇ ਦੇ ਨਰੋਈ ਰਵੇ, ਭਰਾ ਭਤੀਜੇ ਜਿਉਂਦੇ ਰਹਿਣ, ਸਦਾ ਸੁਹਾਗਣ ਰਹੇ। ਆ ਪੀੜੀ ਲੈ ਲੈ ਆਨੰਦ ਗੁਰੇ। ਆਏ ਹਾਏ, ਮੈਂ ਇੱਕ ਗੱਲ ਕਰਨੀ ਸੀ ਬੇਬੇ ਤੇਰੇ ਨਾਲ। ਤੈਂ ਕੁਝ ਸੁਣਿਆ ਹੈ? ਮੈਂ ਤਾਂ ਕੁਝ ਨਹੀਂ ਸੁਣਿਆ ਬਹੂ। ਗੁੱਸਾ ਤਾਂ ਕਰੀ ਨਾ ਬੇਬੇ, ਜੇ ਦੁੱਖ ਮੰਨੀ ਦਾ ਤਾਂ ਹੀ ਆ ਨਿਕਲਦੀ ਆ ਨਾ। ਹਾਂ, ਆਪਾਂ ਭਾਵੇਂ ਜਿਵੇਂ ਮਰਜ਼ੀ ਰਹੀਏ, ਪਰ ਜਿਹੀ ਧੀ ਤੇਰੀ ਤੇਹੀ ਮੇਰੀ। ਲੈ ਕਿਤੇ ਦੋ ਤਾਂ ਨੀ ਕਮਲੀਏ ਹੈ। ਮੇਰੀ ਇੱਜ਼ਤ ਤੇਰੇ ਪੈਰਾਂ 'ਚ ਹੈ, ਦੇਖੀ ਕਿਤੇ ਨੰਦ ਗੁਰੇ
ਪਿੰਡ ਚ ਕੂਰ ਕੂਰ ਨਾ ਹੋ ਜਾਵੇ ਨੰਦ ਕੁਰੇ। ਨੰਦੀ ਸਮਰਾਲ ਦੀਆਂ ਅੱਖਾਂ ਭਰ ਰਹੀਆਂ ਤੇ ਉਹ ਥਿੜਕੀ ਆਵਾਜ਼ ਚ ਬੋਲੀ, ਨਾ ਬੇਬੇ ਮੇਰੇ ਤੇਰੇ ਭਾਰ ਨਾ ਚੜਾ, ਮੈਂ ਕਾਹਨੂੰ ਕਿਸੇ ਕੋਲ ਗੱਲ ਕਰਨੀ, ਮੇਰਾ ਘਰ ਵੀ ਤੇਰੇ ਨਾਲ ਹੀ ਬੱਚੋ, ਮੈਂ ਤਾਂ ਇੱਕ ਤੇਰੇ ਕੋਲ ਚੱਲ ਕੇ ਆ ਗਈ ਹਾਂ। ਚੱਲ ਕੇ ਤੂੰ ਜਮ ਜਮਾ ਆਨੰਦ ਕੁਰੇ, ਪਰ ਮੇਰਾ ਧੌਲਾ ਝੱਟਾ ਦੇਖ, ਵੇਖੀ ਕਿਤੇ ਵੇਖੀ ਕਿਤੇ ਬੰਦਿਆਂ ਤੱਕ ਗੱਲ ਨਾ ਪਹੁੰਚ ਜੇ, ਨਾ ਪਹੁੰਚੇ ਮੈਨੂੰ ਭਾਵੇਂ ਅੰਦਰ ਵਾੜ ਕੇ ਸੌ ਛਿੱਤਰ ਮਾਰ ਲਾ ਆਨੰਦ ਕੁਰੇ, ਸੌ ਛਿੱਤਰ ਮਾਰ ਲਾ ਆਨੰਦ ਕੁਰੇ। ਨੰਦ ਕੁਰੇ ਅੱਜ ਤੋਂ ਤੂੰ ਬੜੀ ਤੇ ਮੈਂ ਛੋਟੀ, ਕੌਣ ਬੜਾ ਤੇ ਕੌਣ ਛੋਟਾ ਬੇਬੇ। ਨੰਦ ਕੁਰੇ ਅਸੀਂ ਤੇਰੇ ਨਾਲ ਬਹੁਤ ਕੀਤੀ ਪਰ ਤੂੰ, ਨਾ ਬੇਬੇ ਤੂੰ ਮੇਰਾ ਵਸਾਹ ਕਰ ਬੇਬੇ, ਤੂੰ ਮੈਨੂੰ ਬਸ ਆਪਣੀ ਜਾਣ, ਬਸ ਆਪਣੀ। ਤੇ ਭਰੇ ਗੱਲ ਨਾਲ ਕਹਿੰਦਿਆਂ ਨੰਦੀ ਮੂੰਹ ਤੇ ਵਗ ਤੁਰੀਆਂ ਪਾਣੀ ਦੀਆਂ ਕਰਾਲਾਂ ਪੁੰਜਣ ਲੱਗੀ। ਲੱਖ ਰੰਜੀਆਂ ਦੇ ਹੁੰਦੇ ਵੀ ਅਪਣਾਏ ਜਾਣ ਲਈ ਤਰਸਦੀ ਨੰਦੀ ਨੇ ਕਦੇ ਵਿਸ਼ਵਾਸਘਾਤ ਨਾ ਕੀਤਾ। ਵਿੱਚੋਂ ਵਿੱਚ ਸੁਲਗ ਦੀ ਗੱਲ ਪਾਵੇਂ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ, ਪਰ ਅਸ਼ਕੇ ਪਿੰਡ ਦੇ ਜੋ ਕਿਸੇ ਨੇ ਵੀ ਧੁਖਦੀ ਨੂੰ ਹਵਾ ਦੇਣ ਦਾ ਯਤਨ ਕੀਤਾ ਹੋਵੇ, ਹਰ ਕਿਸੇ ਨੇ ਵਾਹ ਲੱਗਦੀ ਇਹ ਭੇਤ ਆਪਣੇ ਕੋਲ ਸਾਂਭਿਆ ਹੋਇਆ ਸੀ।